ਪੰਜਾਬ ਪੁਲਿਸ ਲਗਾਤਾਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਮੁਹਿੰਮ ਉਲੀਕੀ ਹੋਈ ਹੈ। ਉਸ ਦੇ ਤਹਿਤ ਸਮਾਣਾ ਸਿਟੀ ਪੁਲਿਸ ਵੱਲੋਂ ਕੁਤਬਨਪੁਰ ਟੀ ਪੁਆਇੰਟ 'ਤੇ ਇੱਕ ਔਰਤ ਜਿਹੜੀ ਪੈਦਲ ਆ ਰਹੀ ਸੀ ਉਸ ਤੋਂ ਕੁਛ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ, ਉਸ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਅਜੀਤ ਕੌਰ ਜੀ ਨਾਲ ਗੱਲਬਾਤ ਕਰਦੇ ਹਾਂ। ਇੱਕ ਲੇਡੀਜ਼ ਦਾ ਨਾਮ ਕੀ ਹੈ, ਕਿਸ ਤਰ੍ਹਾਂ ਕਾਬੂ ਆਈ ਜੀ? ਸਾਨੂੰ ਮੁਖੜੀ ਮਿਲੀ ਸੀ ਵੀ ਇੱਕ ਲੇਡੀ ਆ ਮਨਜੀਤ ਕੌਰ, ਵਾਈਫ ਆਫ ਬਿੰਦਰ ਸਿੰਘ, ਪਿੰਡ ਮੁਰਾਦਪੁਰੇ ਤੋਂ, ਜੋ ਨਸ਼ਾ ਵੇਚਣ ਦੀ ਆਦੀ ਆ, ਉਹ ਅੱਜ ਬੜੇ ਮਤਲਬ ਇੱਧਰ ਆ ਰਹੀ ਆ ਸਮਾਣਾ ਸ਼ਹਿਰ ਵੱਲ, ਜਿਹਦੀ ਅਸੀਂ ਟੀ ਪੁਆਇੰਟ ਕੁਤਬਨਪੁਰ ਨਾਕਾਬੰਦੀ ਕਰਕੇ ਉਸ ਨੂੰ ਸ਼ੱਕ ਦੀ ਬਣਾ 'ਤੇ ਰੋਕ ਕੇ ਉਸ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਕੱਦਮਾ ਦਰਜ ਹੋ ਗਿਆ, ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਸ਼ਾਮਲ ਵਿੱਚ। ਹਾਂਜੀ, ਪਹਿਲਾਂ ਵੀ ਨਹੀਂ, ਇਸ ਕਥਿਤ ਔਰਤ ਦੇ ਖਿਲਾਫ਼ ਪਹਿਲਾਂ ਵੀ ਨਸ਼ਾ ਵੇਚਣ ਦੇ ਮਾਮਲੇ ਦਰਜ ਹੈ ਔਰ ਸਮਾਣਾ ਅਦਾਲਤ 'ਚ ਭੇਜ ਕਰਕੇ ਪੁਲਿਸ ਰਿਮਾਂਡ ਦੀ ਮੰਗ ਵੀ ਕਰੇਗੀ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ। ਪੰਜਾਬ ਪੁਲਿਸ ਲਗਾਤਾਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਮੁਹਿੰਮ ਉਲੀਕੀ ਹੋਈ ਹੈ। ਉਸ ਦੇ ਤਹਿਤ ਸਮਾਣਾ ਸਿਟੀ ਪੁਲਿਸ ਵੱਲੋਂ ਕੁਤਬਨਪੁਰ ਟੀ ਪੁਆਇੰਟ 'ਤੇ ਇੱਕ ਔਰਤ ਜਿਹੜੀ ਪੈਦਲ ਆ ਰਹੀ ਸੀ ਉਸ ਤੋਂ ਕੁਛ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ, ਉਸ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਅਜੀਤ ਕੌਰ ਜੀ ਨਾਲ ਗੱਲਬਾਤ ਕਰਦੇ ਹਾਂ। ਇੱਕ ਲੇਡੀਜ਼ ਦਾ ਨਾਮ ਕੀ ਹੈ, ਕਿਸ ਤਰ੍ਹਾਂ ਕਾਬੂ ਆਈ ਜੀ? ਸਾਨੂੰ ਮੁਖੜੀ ਮਿਲੀ ਸੀ ਵੀ ਇੱਕ ਲੇਡੀ ਆ ਮਨਜੀਤ ਕੌਰ, ਵਾਈਫ ਆਫ ਬਿੰਦਰ ਸਿੰਘ, ਪਿੰਡ ਮੁਰਾਦਪੁਰੇ ਤੋਂ, ਜੋ ਨਸ਼ਾ ਵੇਚਣ ਦੀ ਆਦੀ ਆ, ਉਹ ਅੱਜ ਬੜੇ ਮਤਲਬ ਇੱਧਰ ਆ ਰਹੀ ਆ ਸਮਾਣਾ ਸ਼ਹਿਰ ਵੱਲ, ਜਿਹਦੀ ਅਸੀਂ ਟੀ ਪੁਆਇੰਟ ਕੁਤਬਨਪੁਰ ਨਾਕਾਬੰਦੀ ਕਰਕੇ ਉਸ ਨੂੰ ਸ਼ੱਕ ਦੀ ਬਣਾ 'ਤੇ ਰੋਕ ਕੇ ਉਸ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਕੱਦਮਾ ਦਰਜ ਹੋ ਗਿਆ, ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਸ਼ਾਮਲ ਵਿੱਚ। ਹਾਂਜੀ, ਪਹਿਲਾਂ ਵੀ ਨਹੀਂ, ਇਸ ਕਥਿਤ ਔਰਤ ਦੇ ਖਿਲਾਫ਼ ਪਹਿਲਾਂ ਵੀ ਨਸ਼ਾ ਵੇਚਣ ਦੇ ਮਾਮਲੇ ਦਰਜ ਹੈ ਔਰ ਸਮਾਣਾ ਅਦਾਲਤ 'ਚ ਭੇਜ ਕਰਕੇ ਪੁਲਿਸ ਰਿਮਾਂਡ ਦੀ ਮੰਗ ਵੀ ਕਰੇਗੀ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ। ਪੰਜਾਬ ਪੁਲਿਸ ਲਗਾਤਾਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਮੁਹਿੰਮ ਉਲੀਕੀ ਹੋਈ ਹੈ। ਉਸ ਦੇ ਤਹਿਤ ਸਮਾਣਾ ਸਿਟੀ ਪੁਲਿਸ ਵੱਲੋਂ ਕੁਤਬਨਪੁਰ ਟੀ ਪੁਆਇੰਟ 'ਤੇ ਇੱਕ ਔਰਤ ਜਿਹੜੀ ਪੈਦਲ ਆ ਰਹੀ ਸੀ ਉਸ ਤੋਂ ਕੁਛ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ, ਉਸ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਅਜੀਤ ਕੌਰ ਜੀ ਨਾਲ ਗੱਲਬਾਤ ਕਰਦੇ ਹਾਂ। ਇੱਕ ਲੇਡੀਜ਼ ਦਾ ਨਾਮ ਕੀ ਹੈ, ਕਿਸ ਤਰ੍ਹਾਂ ਕਾਬੂ ਆਈ ਜੀ? ਸਾਨੂੰ ਮੁਖੜੀ ਮਿਲੀ ਸੀ ਵੀ ਇੱਕ ਲੇਡੀ ਆ ਮਨਜੀਤ ਕੌਰ, ਵਾਈਫ ਆਫ ਬਿੰਦਰ ਸਿੰਘ, ਪਿੰਡ ਮੁਰਾਦਪੁਰੇ ਤੋਂ, ਜੋ ਨਸ਼ਾ ਵੇਚਣ ਦੀ ਆਦੀ ਆ, ਉਹ ਅੱਜ ਬੜੇ ਮਤਲਬ ਇੱਧਰ ਆ ਰਹੀ ਆ ਸਮਾਣਾ ਸ਼ਹਿਰ ਵੱਲ, ਜਿਹਦੀ ਅਸੀਂ ਟੀ ਪੁਆਇੰਟ ਕੁਤਬਨਪੁਰ ਨਾਕਾਬੰਦੀ ਕਰਕੇ ਉਸ ਨੂੰ ਸ਼ੱਕ ਦੀ ਬਣਾ 'ਤੇ ਰੋਕ ਕੇ ਉਸ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਕੱਦਮਾ ਦਰਜ ਹੋ ਗਿਆ, ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਸ਼ਾਮਲ ਵਿੱਚ। ਹਾਂਜੀ, ਪਹਿਲਾਂ ਵੀ ਨਹੀਂ, ਇਸ ਕਥਿਤ ਔਰਤ ਦੇ ਖਿਲਾਫ਼ ਪਹਿਲਾਂ ਵੀ ਨਸ਼ਾ ਵੇਚਣ ਦੇ ਮਾਮਲੇ ਦਰਜ ਹੈ ਔਰ ਸਮਾਣਾ ਅਦਾਲਤ 'ਚ ਭੇਜ ਕਰਕੇ ਪੁਲਿਸ ਰਿਮਾਂਡ ਦੀ ਮੰਗ ਵੀ ਕਰੇਗੀ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ। ਪੰਜਾਬ ਪੁਲਿਸ ਲਗਾਤਾਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਮੁਹਿੰਮ ਉਲੀਕੀ ਹੋਈ ਹੈ। ਉਸ ਦੇ ਤਹਿਤ ਸਮਾਣਾ ਸਿਟੀ ਪੁਲਿਸ ਵੱਲੋਂ ਕੁਤਬਨਪੁਰ ਟੀ ਪੁਆਇੰਟ 'ਤੇ ਇੱਕ ਔਰਤ ਜਿਹੜੀ ਪੈਦਲ ਆ ਰਹੀ ਸੀ ਉਸ ਤੋਂ ਕੁਛ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ, ਉਸ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਅਜੀਤ ਕੌਰ ਜੀ ਨਾਲ ਗੱਲਬਾਤ ਕਰਦੇ ਹਾਂ। ਇੱਕ ਲੇਡੀਜ਼ ਦਾ ਨਾਮ ਕੀ ਹੈ, ਕਿਸ ਤਰ੍ਹਾਂ ਕਾਬੂ ਆਈ ਜੀ? ਸਾਨੂੰ ਮੁਖੜੀ ਮਿਲੀ ਸੀ ਵੀ ਇੱਕ ਲੇਡੀ ਆ ਮਨਜੀਤ ਕੌਰ, ਵਾਈਫ ਆਫ ਬਿੰਦਰ ਸਿੰਘ, ਪਿੰਡ ਮੁਰਾਦਪੁਰੇ ਤੋਂ, ਜੋ ਨਸ਼ਾ ਵੇਚਣ ਦੀ ਆਦੀ ਆ, ਉਹ ਅੱਜ ਬੜੇ ਮਤਲਬ ਇੱਧਰ ਆ ਰਹੀ ਆ ਸਮਾਣਾ ਸ਼ਹਿਰ ਵੱਲ, ਜਿਹਦੀ ਅਸੀਂ ਟੀ ਪੁਆਇੰਟ ਕੁਤਬਨਪੁਰ ਨਾਕਾਬੰਦੀ ਕਰਕੇ ਉਸ ਨੂੰ ਸ਼ੱਕ ਦੀ ਬਣਾ 'ਤੇ ਰੋਕ ਕੇ ਉਸ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਕੱਦਮਾ ਦਰਜ ਹੋ ਗਿਆ, ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਸ਼ਾਮਲ ਵਿੱਚ। ਹਾਂਜੀ, ਪਹਿਲਾਂ ਵੀ ਨਹੀਂ, ਇਸ ਕਥਿਤ ਔਰਤ ਦੇ ਖਿਲਾਫ਼ ਪਹਿਲਾਂ ਵੀ ਨਸ਼ਾ ਵੇਚਣ ਦੇ ਮਾਮਲੇ ਦਰਜ ਹੈ ਔਰ ਸਮਾਣਾ ਅਦਾਲਤ 'ਚ ਭੇਜ ਕਰਕੇ ਪੁਲਿਸ ਰਿਮਾਂਡ ਦੀ ਮੰਗ ਵੀ ਕਰੇਗੀ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ।